स्वागत है किसान वीरो तुहाडा सिद्क डेयरी फार्मिंग दे विच। किसान वीरो अज जिहड़ी वीडियो बना रहे हैं पिंड जंडवाला पिंड फिरोजपुर जिले का है ते इहदे नाल दा पिंड चंदबाजा है वह फरीदकोट च पैंदा है फिरोजपुर जिले की हद दोस्तों। तो ये दोनों पिंड हाईवे दे उत्ते आउंदे है जो फरीदकोट तो आपां अमृतसर नूं जांदे हैं तो पहला चंदबाजा ते नाल ही जंडवाला उदू बाद च मुदकी। सो ये मेन रोड पर पैंदा पिंड ते जिहड़े घर चों वीडियो बना रहे दोस्तों मैं कुछ कु दिन पहला दो गावां दी वीडियो बनाई सी फार्म बाई दा इत्थे घर दे विच ही जगह तंग होण करके लिमिटेड जे पशु इत्थे रखे आ पर चंगी क्वालिटी दीआं गावां बाई ने दुध ते लाईआं वी हैं। इत्थों जगह शिफ्ट करनी है बाई नाल जिहड़ी पिछली वीडियो च वी गल होई सी वी इत्थों जगह चेंज करनी है तो उहदे करके कुछ पशु केरां वीर घटा रहा जिवें दो गावां वेचतीआं ते अज इक मझ बड़ी सोहणी तैयारी दे विच इह वी विकाऊ कीती है। इहदा रंग थोड़ा थोनू फिक्का लगना क्योंकि इह अंदर बज्जी रहिंदी है धुप्प लगन नाल पशु दा रंग जिहड़ा उह काला हुंदा ते इह धुप्प इहनू मिली नहीं गी। सो आपां इहदे बारे गल्लबात करनी है वीडियो एंड तक देखियो जिहनू जचू दोस्तों तसल्ली आ के करनी है। साडा काम सिर्फ थोनू बाहरी तौर ते पशु दिखाउण दा हुंदा उहदे थन तुसीं पास करने आ ढांचा थोनू किद्दां दा लगदा उह तुसीं समझणा क्योंकि पैसे तुसीं ला रहे हो। मिलदे आ बाई नाल करदे आ गल्लबात वीर। सत श्री अकाल वीरे। नाम अपना दस दी जगमीत सिंह वीरे पिंड जंडवाला। ठीक है जगमीत दो गावां दी वीडियो बनाई सी ਹੋ ਗਿਆ ਸੇਲ ਬਾਈ? ਹਾਂਜੀ ਵੀਰ ਉਹ ਵੀ ਸੇਲ ਹੋ ਗਈ ਪੰਜ ਮਿੰਟ ਦੀ। ਠੀਕ ਹੈ। ਅੱਛਾ ਅੱਜ ਇੱਕ ਮੱਝ ਵੇਚਣ ਲੱਗੇ ਹੋ? ਹਾਂਜੀ। ਪਸ਼ੂ ਘਟਾ ਦੇਣੇ ਆ ਜਾਂ ਨਹੀਂ? ਆਪਾਂ ਸ਼ਿਫਟ ਕਰ ਰਹੇ ਆ। ਸ਼ਿਫਟ ਕਰ ਰਹੇ ਆ ਕਿਹੜਾ ਵੇਚ ਦਿਆਂਗੇ ਫਿਰ ਉਸ ਤੋਂ ਬਾਅਦ ਚ ਪਸ਼ੂ ਉੱਥੇ ਲੈਣੇ ਸ਼ੁਰੂ ਕਰ? ਇੱਕ ਦੋ ਹੀ ਵੇਚਾਂਗੇ। ਠੀਕ ਹੈ। ਅੱਛਾ ਇਹ ਕਿੰਨ ਮਸੂ ਆ ਮੱਝ ਸੁਣਦੀ? ਇਹ ਤੀਜੇ ਸੂਏ ਸੁਣਦੀ ਕਰਦੀ ਹੈ? ਕਰਦੀ ਹੈ। ਦੁੱਧ ਕਿੰਨਾ ਕੁ ਦਿੰਦੀ ਹੈ? ਦੁੱਧ ਦੂਜੇ ਸੂਏ 15 ਲੀਟਰ ਚ ਹੋਇਆ ਆਪਾਂ ਇਹਦੇ। ਦਿਨ ਹੁਣ ਕਿੰਨੇ ਲਊਗੀ? ਦਿਨ ਇਹਦੇ 11 ਦਿਨ ਨੂੰ ਕੱਲ ਨੂੰ ਪੂਰੇ ਆ। ਕੱਲ ਨੂੰ ਦਿਨ ਪੂਰੇ ਹੋ ਜਾਣੇ? ਹਾਂਜੀ। ਠੀਕ ਹੈ ਕੀ ਰੇਟ ਰੱਖਦੇ ਹੋ ਇਹਦਾ? ਇਹਦਾ 1.28। 1,28,000। ਅੱਛਾ ਕੁਛ ਸੀਮਨ ਰਿਕਾਰਡ ਹੈ ਜਿਹੜਾ ਭਰਿਆ ਹੈ? ਇਹਦੇ ਭਰਿਆ ਆਪਾਂ ਬਿਸ਼ਮਾ ਦਾ ਵੀਰਾਂ ਵਾਲੀ ਆ ABC ਸੀਮਨ ਬੈਂਕ ਵੀਰਾਂ ਵਾਲੀ ਵਾਲਿਆਂ ਦਾ ਭੀਸ਼ਮ ਬੁੱਲ ਦਾ ਭੀਸ਼ਮਾ ਦਾ ਸੀਮਨ ਇਹਦੇ ਲੱਗਾ। ਹਾਂਜੀ ਠੀਕ ਹੈ ਖੋਲੀ ਬਾਈ ਨੂੰ ਤੋਰੀਏ ਦੋਸਤੋ। ਮੱਝ ਤੁਸੀਂ ਐਵੇਂ ਦੇਖ ਸਕਦੇ ਹੋ ਸਿੰਗ ਥੋੜ੍ਹਾ ਜਿਹਾ ਖੁੱਲ੍ਹਾ ਹੋ ਕੇ ਮੁੜਿਆ ਅਤੇ ਇਹ ਦਰਮਿਆਨੇ ਕੱਦ ਦੀ ਹੈ। ਥਨ ਦਾ ਸਾਈਜ਼ ਬਹੁਤ ਸੋਹਣਾ ਵਜਨ ਮੱਝ ਦਾ ਚੰਗਾ ਅਤੇ ਤਿਆਰੀ ਕਰਨ ਵਾਲੀ ਦੀ ਤੁਸੀਂ ਇੱਥੋਂ ਦੇਖ ਸਕਦੇ ਹੋ ਦੋਸਤੋ। ਆਪਦੇ ਵੈਤ ਜਿੰਨਾ ਹੀ ਹਵਾਨਾ ਕਰਨ ਵਾਲੀ ਨੇ ਤਿਆਰ ਕੀਤਾ। ਇਹਦੇ ਥਨ ਦਾ ਸਾਈਜ਼ ਵੀ ਬਹੁਤ ਸੋਹਣਾ ਬਾਈ ਰੋਕੂਗਾ ਅੱਗੇ ਤੁਹਾਨੂੰ ਮੈਂ ਦਿਖਾਊਂਗਾ ਨੇੜੇ ਤੋਂ ਵੀ। ਸੋ ਇੱਕ ਵਾਰ ਤੁਸੀਂ ਐਵੇਂ ਇਹਨੂੰ ਦੇਖੋ ਥਣ ਹਵਾਨਾ ਦੱਸੋ ਗਵਾਈ ਭਰਦਾ ਹੁੰਦਾ ਚੰਗੇ ਦੁੱਧ ਦੀ ਅਤੇ ਉਹ ਤੁਸੀਂ ਇਹਦਾ ਇੱਥੋਂ ਦੇਖ ਸਕਦੇ ਹੋ। ਹਾਈਟ ਬਾਰੇ ਮੈਂ ਪਹਿਲਾਂ ਹੀ ਤੁਹਾਨੂੰ ਦੱਸਤਾ ਵੀ ਇਹਦੀ ਦਰਮਿਆਨੀ ਜੀ ਹਾਈਟ ਹੈ ਦਰਮਿਆਨੇ ਜੇ ਕੱਦ ਕਾਟਦੀ ਹੈ ਮੱਝ। ਥਣ ਦੱਸੋ ਅਗਲਾ ਵੀ ਬਰਾਬਰ ਦਾ ਅਤੇ ਪਿਛਲਾ ਵੀ ਬਰਾਬਰ ਦਾ। ਸੋ ਅੰਦਰ ਬੱਜੀ ਰਹਿਣ ਕਰਕੇ ਰੰਗ ਥੋੜ੍ਹਾ ਜਿਹਾ ਫਿੱਕਾ ਹੈ ਪਰ ਹਵਾਨੇ ਦੀ ਤਿਆਰੀ ਤੁਰੀ ਬੜੀ ਜ਼ਬਰਦਸਤ ਹੈ। 1,28,000 ਰੇਟ ਹੈ ਇਹਦੇ 'ਚੋਂ ਹੋ ਜੂਗਾ ਮਾਨ ਤਾਨ ਥੋੜ੍ਹਾ ਬਹੁਤ ਜਿਹੜਾ ਵੀ ਆਉਂਦਾ। ਸੋ ਆ ਕੇ ਦੇਖਿਓ ਮੈਂ ਤੁਹਾਨੂੰ ਇੱਕ ਚੰਗੀ ਮੱਝ ਦਿਖਾ ਰਿਹਾ ਜਿਹਨੂੰ ਜਚੇ ਕਾਲ ਉਹਨੇ ਕਰਨੀ ਹੈ। ਫਿਰੋਜ਼ਪੁਰ ਜ਼ਿਲ੍ਹਾ ਦੱਸੋ ਤਾਂ ਕਿਤੇ ਨਾ ਕਿਤੇ ਥੋੜ੍ਹੀ ਬਹੁਤ ਗ੍ਰੇਡਡ ਤਾਂ ਇੱਥੇ ਮਿਲਦੀ ਹੈ ਇਸ ਏਰੀਏ ਦੇ ਵਿੱਚ। ਥੋੜ੍ਹੀ ਪੂਛ ਵੀ ਇਹਦੀ ਵਾਈਟ ਤੁਹਾਨੂੰ ਦਿਸੂਗੀ ਪਰ ਦੁੱਧ ਵਾਲੇ ਪੱਖ ਤੋਂ ਚੰਗੀ ਹੈ। ਥਣ ਹਵਾਨਾ ਸੋਹਣਾ ਹੈ ਜੇ ਬੱਚਾ ਜਿਹੜਾ ਉਹ ਤੁਹਾਡੇ ਕੋਲ ਮੂਹਰਾ 'ਚ ਆਊਗਾ ਤਾਂ ਉਹ ਵੀ ਥੱਲਿਓਂ ਚੰਗਾ ਨਿਕਲੂਗਾ ਅਤੇ ਜੇ ਤੁਸੀਂ ਨੀਲੀ ਰਾਵੀ ਦਾ ਸੀਮਣ ਭਰਾਉਂਗੇ ਤਾਂ ਉਹ ਵੀ ਉਮੀਦ ਹੈ ਵੀ ਇਹਦੇ ਤੋਂ ਬੱਚਾ ਜਿਹੜਾ ਉਹ ਚੰਗਾ ਸੋਹਣਾ ਆਜੂਗਾ। ਲੈ ਚਲੋ ਤੈਨੂੰ ਬਾਈ। ਸੋ ਇਹ ਪੰਜਾਬ ਵਾਲੀ ਮੱਝ ਹੈ ਦੱਸੋ ਜਿਹੜੀਆਂ ਛੋਟੇ ਢਾਂਚੇ 'ਚ ਦਰਮਿਆਨੇ ਕੱਦ ਕਾਠ 'ਚ ਵੀ ਚੰਗਾ ਦੁੱਧ ਪਾ ਦਿੰਦੀਆਂ। ਸੋ ਬੜੀ ਸਾਫ਼ ਸੁਥਰੀ ਥੱਲਿਓਂ ਤਿਆਰ ਹੋਈ ਵੀ ਹੈ। ਥਾਣੇ ਦਾ ਜਦੋਂ ਆਉਂਗੇ ਤਾਂ ਆਪਣੇ ਆਪ ਤੁਹਾਡਾ ਜੀ ਕਰੂਗਾ ਖਰੀਦਣ ਨੂੰ ਕਿਉਂਕਿ ਇੱਦਾਂ ਦਾ ਥਣ ਦਾ ਸਹਿਜ ਹੈ ਇਹਦਾ ਢਾਂਚਾ ਤੁਸੀਂ ਵੀਡੀਓ 'ਚ ਦੇਖ ਹੀ ਰਹੇ ਹੋ। ਜਗਮੀਤ ਇੱਥੇ ਰੋਕੀ ਬਈ ਆਪਾਂ ਅਗਲਾ ਪਿਛਲਾ ਥਣ ਦਿਖਾ ਦਈਏ। ਸੋ ਦੱਸੋ ਥਣ ਵੈਸੇ ਤਾਂ ਕਲੀਅਰ ਦਿਸਦਾ ਪਰ ਮੈਂ ਕੋਸ਼ਿਸ਼ ਕਰਦਾ ਇਹਦਾ ਤੁਹਾਨੂੰ ਥਣ ਸਾਈਡ ਤੋਂ ਵੀ ਦਿਖਾਉਣ ਦੀ ਕਿਉਂਕਿ ਸੋਹਣਾ ਥਣ ਦਾ ਸਾਈਜ਼ ਹੈ। ਇੱਥੋਂ ਹੁਣ ਤੁਸੀਂ ਇਹਦੇ ਥਣ ਦਾ ਸਾਈਜ਼ ਦੇਖ ਸਕਦੇ ਹੋ ਅਗਲਾ ਅਤੇ ਪਿਛਲਾ ਬਿਲਕੁਲ ਬਰਾਬਰ ਦਾ। ਪਿੱਛੋਂ ਵੀ ਹਵਾਨਾ ਚੰਗਾ ਕੱਲਾ ਕੱਲਾ ਥਣ ਨਿਖੜਵਾਂ ਲੱਗਾ। ਲੈ ਚੱਲ ਬਾਈ। ਸੋ ਨਾਗ ਦੋਸਤੋ ਅੱਜ ਦੀ ਵੀਡੀਓ 'ਚ ਇੱਕ ਹੀ ਮੱਝ ਬਾਈ ਕੋਲ ਸੀਗੀ ਜਿਹੜੀ ਵਿਕਾਊ ਬਾਈ ਨੇ ਕਰਤੀ ਹੈ। ਵੈਸੇ ਜਿਹੜੀਆਂ ਗਾਵਾਂ ਤੁਹਾਨੂੰ ਦਿਖਾਤੀਆਂ ਮੈਂ ਘਰੇ ਖੜੀਆਂ ਉਹਨਾਂ ਤੋਂ ਬਿਨਾਂ ਪਿਛਲੀ ਵੀਡੀਓ 'ਚ ਵੀ ਦਿਖਾਈਆਂ ਸੀ ਵੀ ਇੱਥੇ ਕੁਛ ਹੀਫਰ ਵੀ ਬਾਈ ਤਿਆਰ ਕਰ ਰਿਹਾ ਕਿਉਂਕਿ ਫਾਰਮ ਗਾਵਾਂ ਦਾ ਬਣਾਉਣਾ ਅਤੇ ਖੇਤ ਦੇ ਵਿੱਚ ਬਣਾਉਣਾ। ਸੋ ਧੰਨਵਾਦ ਵੀਡੀਓ ਦੇਖਣ ਵਾਸਤੇ।